ਪਾਸਟਰ ਜੀ ਇਹ ਸਿਸਟਰ ਦਾ ਨਾਮ ਲਖਵਿੰਦਰ ਕੌਰ ਹੈ ਇਹ ਗੱਗੜ ਭਾਣੇ ਦੇ ਰਹਿਣ ਵਾਲੇ ਨੇ ਇਹ ਦੱਸ ਰਹੇ ਸੀ ਇਹਨਾਂ ਦੇ 12-13 ਸਾਲ ਤੋਂ ਸੌਰੀ ਪਹਿਲਾਂ ਮੈਂ ਦੱਸਦੀ ਹਾਂ ਇਹਨਾਂ ਦੇ 3 ਬੱਚੇ ਸੀਗੇ ਉਹ 3 ਹੀ ਵੱਡੇ ਓਪਰੇਸ਼ਨ ਨਾਲ ਹੋਏ ਔਰ ਜਦੋਂ ਵੀ ਉਹ ਬੱਚੇ ਹੋਏ ਔਰ ਉਦੋਂ ਤੋਂ ਹੀ ਇਹਨਾਂ ਦੇ ਲੱਕ ਰੀੜ ਦੀ ਹੱਡੀ ਵਿੱਚ ਬਹੁਤ ਹੀ ਜ਼ਬਰਦਸਤ ਦਰਦ ਰਹਿਣਾ ਸ਼ੁਰੂ ਕਰ ਗਿਆ ਜਿਸ ਤਰ੍ਹਾਂ ਇਹ ਬੈਠ ਲੇਟ ਵੀ ਨਹੀਂ ਸਕਦੇ ਸੀ ਔਰ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਇਹਨਾਂ ਦੇ ਦਰਦ ਹੁੰਦੀ ਸੀ ਮੈਡੀਸਿਨ ਵੀ ਖਾਧੀ ਪਰ ਕੋਈ ਵੀ ਫਰਕ ਨਹੀਂ ਪਿਆ ਜਿਸ ਤਰ੍ਹਾਂ ਇੱਥੇ ਪ੍ਰੇਅਰ ਵਿੱਚ ਆਉਣਾ ਸ਼ੁਰੂ ਕੀਤਾ ਇਹਨਾਂ ਨੇ ਤੁਹਾਡੀਆਂ ਪ੍ਰੋਫੈਸੀ ਨੂੰ ਰਿਸੀਵ ਕੀਤਾ ਕਿ ਪੁਰਾਣੀਆਂ ਤੋਂ ਪੁਰਾਣੀਆਂ ਦਰਦਾਂ ਜਾ ਰਹੀਆਂ ਹੈ ਪਰਮੇਸ਼ਰ ਦੇ ਨਾਮ 'ਚ ਉਸੇ ਤਰ੍ਹਾਂ ਇਹਨਾਂ ਸਿਸਟਰ ਜੀ ਨੇ ਰਿਸੀਵ ਕੀਤਾ ਉਸੇ ਤਰ੍ਹਾਂ ਪ੍ਰਭੂ ਨੇ ਇਹਨਾਂ ਨੂੰ ਛੂਇਆ ਅੱਜ ਇਹ ਬਿਲਕੁਲ ਠੀਕ ਨੇ ਉੱਠ ਬੈਠ ਸਕਦੇ ਨੇ ਇਹਨਾਂ ਦੇ ਕੋਈ ਵੀ ਦਰਦ ਨਹੀਂ ਹੈ ਪ੍ਰਭੂ ਦੇ ਨਾਮ 'ਚ ਆਮੇਨ ਬੋਲੋ ਹਾਲੇਲੂਇਆ ਬੇਟਾ ਉੱਠ ਬੈਠ ਕੇ ਦਿਖਾਓ ਜ਼ੋਰ ਨਾਲ ਜ਼ੋਰ ਨਾਲ ਜ਼ੋਰ ਨਾਲ ਬੰਦਗੀ ਵਿੱਚ ਜ਼ਿੰਦਗੀ ਓ ਬੰਦੇ ਆਇਆ ਜ਼ੋਰ ਨਾਲ ਮਨ ਤੋਂ ਬੋਲੋ ਡਾਕਟਰ ਬੇਟਾ ਕਿੰਨੇ ਸਾਲ ਤੋਂ ਪ੍ਰੋਬਲਮ ਸੀ ਤੁਹਾਨੂੰ 12-13 ਸਾਲ ਤੋਂ ਤੁਹਾਡਾ ਕੀ ਨਾਮ ਹੈ ਲਖਵਿੰਦਰ ਕੌਰ ਲਖਵਿੰਦਰ ਕੌਰ ਪਿੰਡ ਕਿਹੜਾ ਗੱਗੜਪਾਣਾ ਗੱਗੜਪਾਣਾ ਹੁਣ ਬਿਲਕੁਲ ਠੀਕ ਹੋ ਹਾਂਜੀ ਠੀਕ 12-13 ਸਾਲ ਦੀ ਪ੍ਰੋਬਲਮ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਸਰ ਮੈਨੂੰ ਆ 7ਵਾਂ ਹਫ਼ਤਾ ਵਾ ਪਹਿਲਾਂ ਮੈਂ ਆਉਂਦੀ ਸੀ ਪਰ ਕਦੇ ਕਦੇ ਹੀ ਆਉਂਦੀ ਸੀ ਪਹਿਲਾਂ ਆਉਂਦੀ ਸੀ ਕਦੇ ਕਦੇ ਹਾਂਜੀ ਸਰ ਆ ਹੁਣ ਲਗਾਤਾਰ ਮੈਨੂੰ 7ਵਾਂ ਹਫ਼ਤਾ ਹੁਣ ਫ੍ਰੀ ਹੋ ਹਾਂਜੀ ਲਗਾਤਾਰ ਜਿਹੜੇ ਹੋਣਗੇ ਫ੍ਰੀ ਯਿਸੂ ਮਸੀਹ ਜ਼ੋਰ ਨਾਲ ਮੈਂ ਆਮੀਨ ਆਮੀਨ ਪ੍ਰਭੂ ਬਲੈਸ ਕਰੇ